ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ ਯੂਟਿਊਬ ਚੈਨਲ 'ਤੇ। ਅਤੇ ਲੈ ਕੇ ਆਪਾਂ ਹਾਜ਼ਰ ਹੋਏ ਜੀ ਇਸ ਵਕਤ ਦੀ ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ। ਹੁਣੇ ਹੁਣੇ ਪੰਜਾਬ ਦੇ ਮੌਸਮ ਨੂੰ ਲੈ ਕੇ ਜੀ ਮੌਸਮ ਵਿਭਾਗ ਵੱਲੋਂ ਜਾਰੀ ਹੋ ਗਿਆ ਵੱਡਾ ਅਲਰਟ। 18, 19 ਅਤੇ 20 ਜੂਨ ਦੇ ਮੌਸਮ ਦੇ ਬਾਰੇ ਆ ਗਈ ਵੱਡੀ ਭਵਿੱਖਬਾਣੀ, ਯਾਨੀ ਕਿ ਅੱਜ ਤੋਂ ਲੈ ਕੇ ਅਗਲੇ 2 ਦਿਨਾਂ ਦਰਮਿਆਨ ਮੌਸਮ ਜਿਹੜਾ ਕਿਹੋ ਜਿਹਾ ਰਹਿਣ ਵਾਲਾ ਹੈ, ਕਿੰਨਾ ਕਿੰਨਾ ਇਲਾਕਿਆਂ ਦੇ ਵਿੱਚ ਮੀਂਹ ਪਵੇਗਾ, ਕਿੰਨਾ ਇਲਾਕਿਆਂ ਦੇ ਵਿੱਚ ਬੱਦਲਵਾਈ ਬਣੇਗੀ, ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ। ਵੀਡੀਓ ਨਾਲ ਅੰਤ ਤੱਕ ਜ਼ਰੂਰ ਜੁੜੇ ਰਹਿਣਾ ਜੀ, ਅਤੇ ਜਿਨ੍ਹਾਂ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ, ਤਾਂ ਜੋ ਇਸੇ ਤਰ੍ਹਾਂ ਦੀਆਂ ਤਾਜ਼ਾ ਅਤੇ ਵੱਡੀਆਂ ਖਬਰਾਂ ਤੁਹਾਨੂੰ ਮਿਲਦੀਆਂ ਰਿਹਾ ਕਰਨ। ਸੋ ਦੋਸਤੋ, ਇਸ ਵਕਤ ਦੀ ਬਹੁਤ ਹੀ ਵੱਡੀ ਖਬਰ ਆ ਰਹੀ ਹੈ ਜੀ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਇਸ ਵਕਤ ਪੂਰੇ ਪੰਜਾਬ ਭਰ ਦੇ ਵਿੱਚ ਲਗਾਤਾਰ ਅੱਤ ਦੀ ਗਰਮੀ ਪੈ ਰਹੀ ਹੈ। ਹਾਲਾਂਕਿ ਹਲਕੀਆਂ ਬਦਲਵਾਈਆਂ ਵੀ ਬਣ ਰਹੀਆਂ ਨੇ, ਪਰ ਕੋਈ ਜ਼ਿਆਦਾ ਭਾਰੀ ਮੀਂਹ ਕਿਸੇ ਇਲਾਕੇ ਦੇ ਵਿੱਚ ਵੀ ਨਹੀਂ ਪੈ ਰਿਹਾ। ਅਤੇ ਫਿਲਹਾਲ ਗੱਲ ਕਰਦਾ ਆਪਾਂ ਜ਼ਿਲ੍ਹਾਵਾਰ, ਤਾਂ ਜੋ ਹਰੇਕ ਆਪਣੇ ਆਪਣੇ ਭਰਾ ਨੂੰ ਆਪਣੇ ਆਪਣੇ ਜ਼ਿਲ੍ਹੇ ਦੇ ਮੌਸਮ ਦੀ ਜਿਹੜੀ ਜਾਣਕਾਰੀ ਪ੍ਰੋਪਰ ਪਤਾ ਲੱਗ ਸਕੇ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਵੇਂ ਕਿ ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਫਰੀਦਕੋਟ, ਫਿਰੋਜ਼ਪੁਰ, ਮਾਨਸਾ, ਸੰਗਰੂਰ, ਬਰਨਾਲਾ, ਪਠਾਨਕੋਟ। ਇਸ ਦੇ ਨਾਲ ਜੀ ਗਿੱਦੜਬਾਹ ਮੰਡੀ, ਤਲਵੰਡੀ ਸਾਬੋ, ਰਾਮਪੁਰਾ ਫੂਲ, ਰਾਮਪੁਰਾ ਮੰਡੀ। ਤਾਂ ਜੇਕਰ ਇਹਨਾਂ ਇਲਾਕਿਆਂ ਦੀ ਗੱਲ ਕਰੀ ਜਾਵੇ, ਇਸ ਦੇ ਨਾਲ ਜੀ ਕੁਝ ਕਿਸੇ ਤਲਵੰਡੀ ਸਾਬੋ ਦੇ ਵੀ ਹੋ ਜਾਣਗੇ। ਤਾਂ ਇਹਨਾਂ ਇਲਾਕਿਆਂ ਦੀ ਗੱਲ ਕਰੀ ਜਾਵੇ, ਇਹਨਾਂ ਇਲਾਕਿਆਂ ਦੇ ਵਿੱਚ ਸਰੋਤੇ ਵੀਰੋ ਮੌਸਮ ਆ ਜਿਹੜਾ ਅੱਜ ਜ਼ਿਆਦਾਤਰ ਆਪਾਂ ਨੂੰ ਹਲਕੀ ਬੱਦਲਵਾਈ ਵਾਲਾ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਗੱਲ ਕਰੀਏ ਬਰਸਾਤਾਂ ਦੀ, ਤਾਂ ਬਰਸਾਤ ਦੇ ਆਸਾਰ ਆ ਜਿਹੜੇ ਉਹ ਥੋੜ੍ਹੇ ਘੱਟ ਨੇ, ਹਲਕੇ ਤੋਂ ਦਰਮਿਆਨਾ ਵੀ 1-2 ਹਿੱਸਿਆਂ ਦੇ ਵਿੱਚ ਪੈ ਸਕਦਾ ਜੀ, 1-2 ਜ਼ਿਲ੍ਹਿਆਂ ਦੇ ਵਿੱਚ ਪੈ ਸਕਦਾ, ਪਰ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ। ਇਸ ਤੋਂ ਇਲਾਵਾ ਕੋਈ ਭਾਰੀ ਮੀਂਹ ਦੇ ਆਸਾਰ ਨਹੀਂ ਹਨ, ਹਲਕੀ ਬੱਦਲਵਾਈ ਬਣੀ ਰਹੇਗੀ, ਬੂੰਦਾਬਾਂਦੀ ਨਾਲ ਹੋਵੇਗੀ, ਅਤੇ ਇਸ ਤੋਂ ਇਲਾਵਾ ਕੋਈ ਜ਼ਿਆਦਾ ਮੀਂਹ ਦੇ ਆਸਾਰ ਇਹਨਾਂ ਇਲਾਕਿਆਂ ਵਿੱਚ ਨਹੀਂ ਹਨ। ਫਿਲਹਾਲ ਗੱਲ ਕਰਦੇ ਹਾਂ ਦੂਜੇ ਇਲਾਕਿਆਂ ਦੀ, ਜਿਵੇਂ ਕਿ ਗੁਰਦਾਸਪੁਰ, ਪਠਾਨਕੋਟ, ਇਸ ਦੇ ਨਾਲ ਜੀ ਚੰਡੀਗੜ੍ਹ, ਮੋਹਾਲੀ, ਅੰਮ੍ਰਿਤਸਰ ਸਾਹਿਬ, ਤਰਨ ਤਾਰਨ, ਇਹਨਾਂ ਹਿੱਸਿਆਂ ਦੀ ਗੱਲ ਕਰੀ ਜਾਵੇ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਵੀ ਸਰੋਤੇ ਵੀਰੋ ਮੌਸਮ ਆ ਜਿਹੜਾ ਆਪਾਂ ਨੂੰ ਜ਼ਿਆਦਾਤਰ ਹਲਕੀ ਬੱਦਲਵਾਈ ਵਾਲਾ ਦੇਖਣ ਨੂੰ ਮਿਲ ਸਕਦਾ, ਕੋਈ ਭਾਰੀ ਮੀਂਹ ਦੇ ਆਸਾਰ ਫਿਲਹਾਲ ਇਹਨਾਂ ਇਲਾਕਿਆਂ ਦੇ ਵਿੱਚ ਵੀ ਨਹੀਂ ਹਨ। ਅਤੇ ਹਲਕੇ ਤੋਂ ਦਰਮਿਆਨਾ ਮੀਂਹ ਜ਼ਰੂਰ ਥੋੜ੍ਹੇ ਬਹੁਤੇ ਹਿੱਸਿਆਂ ਦੇ ਵਿੱਚ ਪੈ ਸਕਦਾ। ਜ਼ਿਆਦਾਤਰ ਮੌਸਮ ਜਿਹੜਾ ਸਰੋਤੇ ਵੀਰੋ ਅੱਜ ਪੰਜਾਬ ਦਾ ਸਾਫ਼ ਰਹਿਣ ਵਾਲਾ ਹੈ ਹਲਕੀ ਬੱਦਲਵਾਈ ਨਾਲ। ਅਤੇ ਫਿਲਹਾਲ ਹੁੰਦੀ ਜਾਣਕਾਰੀ ਇਹੀ ਸੀ, ਜੇਕਰ ਕਿਸੇ ਜ਼ਿਲ੍ਹੇ ਦੀ ਜਾਣਕਾਰੀ ਰਹਿ ਗਈ ਹੋਵੇ ਤਾਂ ਆਪਣੇ ਵੀਰ ਕਮੈਂਟ ਬੋਕਸ ਦੇ ਵਿੱਚ ਲੈ ਕੇ ਆਪਣੇ ਜ਼ਿਲ੍ਹੇ ਦਾ ਨਾਂ ਸਾਨੂੰ ਜ਼ਰੂਰ ਦੱਸ ਦੇਣ, ਤਾਂ ਜੋ ਅਸੀਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਜ਼ਿਲ੍ਹਿਆਂ ਦਾ ਵੀ ਜੇਕਰ ਆਪਾਂ ਜ਼ਰੂਰ ਕਰਿਆ ਕਰੀਏ। ਧੰਨਵਾਦ, ਮਿਹਰਬਾਨੀ।